ਅਸੀਂ ਇੰਤਜ਼ਾਮੀਆਂ ਦੇ ਭਰੋਸਾ ਨਹੀਂ ਰੱਖਦੇ, ਠੀਕ ਹੈ ਨਾ? ਨਾ ਇਹਨਾਂ ਦੇ ਕੈਮਰੇ ਚੱਲ ਰਹੇ ਨੇ, ਨਾ ਡਿਊਟੀ ਪੂਰੀ ਦੇ ਰਹੇ ਹਨ। ਹੱਥ ਉੱਪਰ ਕਰਕੇ ਸਕੂਲ ਇੰਤਜ਼ਾਮੀਆਂ ਮੁਰਦਾਬਾਦ, ਸਕੂਲ ਇੰਤਜ਼ਾਮੀਆਂ ਮੁਰਦਾਬਾਦ, ਸਕੂਲ ਇੰਤਜ਼ਾਮੀਆਂ ਮੁਰਦਾਬਾਦ, ਸਕੂਲ ਇੰਤਜ਼ਾਮੀਆਂ ਮੁਰਦਾਬਾਦ। ਮੈਂ ਆਪਣੀਆਂ ਬੇਟੀਆਂ ਦੋਨੋਂ ਲੈ ਕੇ ਆਇਆ ਸੀ ਸੁਬਾਹ। ਮੈਂ ਸਕੂਲ ਦੇ ਸਾਹਮਣੇ ਬੇਟੀਆਂ ਨੂੰ ਉਤਾਰਿਆ ਸੀ, ਮੇਰੀਆਂ ਬੇਟੀਆਂ ਦੋਵੇਂ ਆਈਆਂ ਨੇ ਇੱਥੇ ਅੰਦਰ। ਇੱਕ ਅੰਦਰ ਆ ਗਈ, ਦੂਸਰੀ ਤਾਂ ਮੈਨੂੰ ਨਹੀਂ ਮਿਲੂ, ਮੈਂ ਚਲਾ ਗਿਆ ਸੀ। ਬਾਅਦ 'ਚ ਛੁੱਟੀ ਟਾਈਮ ਮੈਂ ਆਇਆ ਵਾਂ ਅਤੇ ਮੈਨੂੰ ਬੱਚੀ ਨਹੀਂ ਮਿਲੀ। ਮੈਂ ਇੰਤਜ਼ਾਮੀਆਂ ਨੂੰ ਪੁੱਛਿਆ ਪੂਰਾ, ਲੇਕਿਨ ਇੰਤਜ਼ਾਮੀਆਂ ਨੇ ਮੇਰੀ ਕੋਈ ਨਹੀਂ ਉਸ ਟਾਈਮ ਸੁਣੀ। ਬੱਚੀ ਤੁਸੀਂ ਕਹਾਂ ਕਿਸ ਜਗ੍ਹਾ ਪੇ ਛੋੜ ਗਏ? ਬੱਚੀ ਹੈ ਸਾਥ ਹੀ ਗੇਟ ਕੇ ਸਾਹਮਣੇ, ਦੂਸਰੀ ਸਾਈਡ ਪਰ ਛੋੜੀ ਤੀ ਮੈਨੇ। ਓਕੇ, ਸਾਹਮਣੇ ਬੱਚੀ ਅੰਦਰ ਆ ਗਈ? ਹਾਂ, ਬੱਚੀ ਉਹ ਦੂਸਰੀ, ਇਹ ਦੋਨੋਂ ਅੰਦਰ ਕੀ ਤਰਫ ਆ ਗਈਆਂ, ਅੱਗੇ ਟਰਾਲੀ ਆ ਗਈ ਤੀ, ਮੈਂ ਫਿਰ ਚਲਾ ਗਿਆ ਤਾ। ਹਾਂ, ਅਤੇ ਆਫ ਟਾਈਮ ਵੀ ਮੈਂ ਆਇਆ ਹਾਂ ਤਾਂ ਫਿਰ ਕਿਸੇ ਨੇ ਮੈਨੂੰ ਨਹੀਂ ਬਿਤਾਇਆ ਛੁੱਟੀ ਟਾਈਮ, ਕੁਛ ਨਹੀਂ ਬਿਤਾਇਆ। ਹਾਂ, ਆਫ ਟਾਈਮ ਬੇਟੀ ਮੇਰੀ ਦੂਸਰੀ ਨੇ ਵੇਖਿਆ ਨਾ, ਛੋਟੀ ਨੇ, ਉਹ ਕਹਿ ਰਹੀ ਹੈ ਕਿ ਪਾਪਾ ਮੁਝੇ ਨਹੀਂ ਆਸ਼ਾ ਮਿਲ ਰਹੀ। ਨਹੀਂ, ਉਸਨੇ ਦੇਖਿਆ ਨਹੀਂ, ਉਹ ਕਹਿ ਰਹੀ ਹੈ ਕਿ ਐਸੇ ਹਮ ਰਕਸ਼ੇ ਸੇ ਉੱਪਰ ਨੀਚੇ ਉਤਰੇ ਹਾਂ ਤੋ ਦੌੜ ਕੇ ਹਮ ਸਕੂਲ ਕੀ ਤਰਫ ਆ ਗਏ ਹਾਂ। ਉਹ ਅੱਗੇ ਚਲੀ ਗਈ ਸੀ, ਮੈਂ ਪਿੱਛੇ ਸੀ, ਮੈਂ ਨਹੀਂ ਖਿਆਲ ਕੀਆ ਕਿ ਉਹ ਉੱਪਰ ਚਲੀ ਗਈ ਹੈ ਕਿ ਨਹੀਂ ਗਈ, ਕਿਉਂਕਿ ਉਸਦੀ ਕਲਾਸ ਉੱਪਰ ਹੈ ਨਾ, ਜਿਹਦੇ ਸਾਥ ਮੈਂ ਸੀੜੀ ਹੈ, ਉਹ 7th ਕਲਾਸ ਮੈਂ ਆ। ਉਮਰ ਕਿਤਨੀ ਹੈ? ਉਮਰ 13 ਸਾਲ ਹੈ ਉਸਕੀ। 13 ਸਾਲ ਆਪਕੋ ਕਿਸੇ ਪੇ ਕੋਈ ਸ਼ੱਕ ਜਾਂ ਕੋਈ ਇੰਤਜ਼ਾਮੀਆਂ ਕੀ ਗਫਲਤ ਹੈ ਜਾਂ ਕੀ ਚੀਜ਼ ਹੈ, ਆਪ ਕੀ ਸਮਝਦੇ ਹੋ? ਮੈਂ ਸਮਝਦਾ ਹਾਂ ਕਿ ਸ਼ੱਕ ਤਾਂ ਕਿਸੇ ਪੇ ਵੀ ਨਹੀਂ ਹੈ, ਲੇਕਿਨ ਇੰਤਜ਼ਾਮੀਆਂ ਕਾ ਜੋ ਬਾਹਰ ਕੈਮਰੇ ਲਗਾਏ ਹੈ ਨਾ, ਉਹ ਕਿਸੇ ਕਾਮ ਕੇ ਨਹੀਂ ਹੈ, ਉਸਮੇ ਕੋਈ ਰਿਕਾਰਡ ਨਹੀਂ ਹੈ। ਅਭੀ ਤੱਕ ਮੈਨੂੰ ਕੋਈ ਰਿਕਾਰਡ ਨਹੀਂ ਮਿਲਾ ਕਿ ਉਹ ਬੱਚੀ ਅੰਦਰ ਦਾਖਲ ਹੋਈ ਹੈ ਕਿ ਨਹੀਂ ਹੋਈ। ਆਪਕੇ ਮੁਤਾਬਕ ਬੱਚੀ ਰਵਾ ਕੀ ਗਈ ਹੈ? ਜੇ ਮੈਨੂੰ ਇਸ ਦਾ ਕੋਈ ਮਤਲਬ ਨਹੀਂ ਲੱਗਦਾ ਨਾ ਕਿ ਰਵਾ ਹੋਈ ਹੈ। ਚਾਚੂ ਬਹੁਤ ਸੁਬਹ ਹੈ, ਇਸਕੇ ਪਾਪਾ ਸਕੂਲ ਇਧਰ ਛੋੜ ਕਰ ਗਏ, ਉਤਾਰ ਕੇ ਜਬ ਜਾ ਰਹੇ ਥੇ, ਛੋਟੀ ਬੱਚੀ ਨੇ ਕਹਾ ਮੇਰੇ ਆਗੇ ਆਗੇ ਵੋ ਸਕੂਲ ਕੇ ਅੰਦਰ ਜਾ ਰਹੀ ਹੈ। ਮੈਨੇ ਗੌਰ ਨਹੀਂ ਕੀਆ ਵੋ ਸੀੜੀਆਂ ਕੇ ਉੱਪਰ ਚਲੀ ਗਈ ਹੈ ਜਾਂ ਬਾਹਰ, ਇਹ ਨਹੀਂ ਮੈਨੇ ਗੌਰ ਕੀਆ, ਬਸ ਜ਼ਿਆਦਾ ਵੋ ਇਹ ਕਹਿ ਰਹੀ ਹੈ ਕਿ ਮੈਨੇ ਯਹੀ ਸੋਚਿਆ ਕਿ ਵੋ ਉੱਪਰ ਚਲੀ ਗਈ ਹੈ, ਠੀਕ ਹੈ, ਮੈਨੇ ਪਿੱਛੇ ਨਹੀਂ ਦੇਖਾ, ਇਹ ਕਹਿ ਰਹੀ ਹੈ ਵੋ। ਮਗਰ ਫਿਰ ਵੀ ਹਮ ਉਹ ਬਾਈ ਮੇਰਾ ਬਤਾ ਰਿਹਾ, ਉਹ ਕਹਿ ਰਿਹਾ ਕਿ ਮੈਂ ਖੁਦ ਇਧਰ ਛੋੜ ਕੇ ਗਿਆ ਹਾਂ, ਉਸਕੇ ਸਾਥ ਬੱਚੀ ਜੈਸੇ ਬੱਚੀ ਬੋਲ ਰਹੀ ਹੈ ਕਿ ਮੈਨੇ ਦੇਖਿਆ, ਮਤਲਬ ਮੇਰੇ ਆ ਰਹੀ ਹੈ, ਅੱਗੇ ਆ ਰਹੀ ਹੈ, ਅਗਰ ਪਿੱਛੇ ਹੋਤੀ ਤਾਂ ਫਿਰ ਕੁਛ ਨਹੀਂ ਕਹਿ ਸਕਦੀ, ਅਗਰ ਉਹ ਅੱਗੇ ਆ ਰਹੀ ਹੈ ਤਾਂ ਉਸਨੇ ਇਹ ਬਤਾਇਆ ਕਿ ਮੈਂ ਦੇਖ ਰਹੀ ਹੂੰ ਮੇਰੇ ਅੱਗੇ ਜਾ ਰਹੀ ਹੈ, ਇਹ ਨਹੀਂ ਦੇਖਾ ਉੱਪਰ ਗਈ ਹੈ, ਮੈਨੂੰ ਇਹ ਮਹਿਸੂਸ ਹੋਇਆ ਕਿ ਉਹ ਉੱਪਰ ਗਈ ਹੈ। ਸੀ ਸੀ ਟੀ ਵੀ ਚੈੱਕ ਕੀਆ ਉੱਧਰ ਮੈਨੇ, ਇੱਧਰ ਕੋਈ ਚੀਜ਼ ਕੋਈ ਰਿਕਾਰਡਿੰਗ ਨਹੀਂ ਹੈ, ਕੋਈ ਐਸੀ ਚੀਜ਼ ਕਰਨ ਨਹੀਂ, ਰਿਕਾਰਡ ਨਹੀਂ ਹੈ ਕਿ ਪਿੱਛੇ ਕਾ ਜੋ ਰਿਕਾਰਡ ਹੋ, ਬਸ ਉਹੀ ਚੀਜ਼ ਹੈ ਲਾਈਫ ਜੋ ਚੀਜ਼ ਹੋਤੀ ਹੈ ਨਾ, ਦੇਖ ਜਾਤੀ ਜਦ ਟੀ ਵੀ ਦੇਖ ਲਿਆ, ਬਾਅਦ ਮੈਂ ਰਿਕਾਰਡਿੰਗ ਕੁਛ ਵੀ ਨਹੀਂ ਹੈ, ਸੇਫ ਨਹੀਂ ਹੈ, ਸਿਰਫ 10 ਮਿੰਟ ਕੀ ਰਿਕਾਰਡਿੰਗ ਹੈ, ਅਭੀ ਜੋ ਚਲਾਈ ਹੈ 10 ਮਿੰਟ ਚਲੇਗੀ ਰਿਕਾਰਡਿੰਗ, ਸਭ ਬਾਤ ਸਾਫ, ਉਸਕੇ ਬਾਅਦ ਕੁਛ ਨਹੀਂ ਹੋਤਾ, ਇਹ ਚੀਜ਼ ਹੈ। ਲੇਕਿਨ ਜਿਹੜੀ ਕੰਟੀਨ ਵਾਲੀ ਹੈ ਉਹ ਕਹਿ ਰਹੀ ਹੈ ਕਿ ਮੈਂ ਆਫ ਟਾਈਮ ਮੇਰੇ ਕੋਲ ਚੀਜ਼ ਖਰੀਦੀ, ਉਹਨੇ ਚੀਜ਼ ਖਰੀਦ ਕੇ ਗਈ ਹੈ, ਲੇਕਿਨ ਉਸ ਵਕਤ ਉਹਨੂੰ ਨਹੀਂ ਸੀ ਪਤਾ ਕਿ ਇਹ ਗੁਆਚ ਗਈ ਹੈ, ਕਿਉਂਕਿ ਘਰੋਂ ਜਾ ਕੇ ਪਤਾ ਕੀਤਾ ਉਹਦਾ ਕਿੱਥੇ ਰਹਿੰਦੀ ਹੈ, ਅਤੇ ਉਹਦਾ ਘਰੋਂ ਜਾ ਕੇ ਪਤਾ ਕੀਤਾ ਅਤੇ ਉਹਨੇ ਕਿਹਾ ਆਫ ਟਾਈਮ ਜਿਹੜੀ ਹੈ ਨਾ ਉਹਨੇ ਚੀਜ਼ ਖਰੀਦੀ ਹੈ। ਜਦੋਂ ਸਕੂਲ ਇੰਤਜ਼ਾਮੀਆਂ ਨੇ ਬੁਲਾਇਆ ਅਤੇ ਉਹ ਮਨੁੱਕਰ ਗਈ, ਇਸ ਵਾਸਤੇ ਕਿ ਉਹਦੀ ਨੌਕਰੀ ਦਾ ਮਸਲਾ ਹੈ, ਉਹ ਇੱਥੇ ਕਹਿੰਦੀ ਬਈ ਮੈਂ ਦੇਖੀ ਮੇਰੇ ਕੋਲ ਚੀਜ਼ ਲਈ ਹੈ, ਅਤੇ ਉਹ ਫਿਰ ਇੰਤਜ਼ਾਮੀਆਂ 'ਤੇ ਸਾਰਾ ਕੁਝ ਪੈ ਜਾਂਦਾ, ਉਹ ਤਾਂ ਛੁੱਟੀ ਕਰਾ ਦੇਣਗੇ ਉਹਨੂੰ, ਉਹ ਨੌਕਰੀ ਤੋਂ ਖਤਮ ਕਰਾ ਦੇਣਗੇ ਨਾ। ਜੋ ਸੀ ਲੜਕੇ ਛੁੱਟੀ ਪਰ ਰਹਿਣਾ, ਜੋ ਸੀ ਹਾਂਜੀ ਹਾਜ਼ਰੀ ਚੈੱਕ ਕੀ ਆ, ਮਗਰ ਉੱਧਰ ਨਾ ਐਬਸੈਂਟ ਹੈ ਨਾ ਪੀ ਹੈ, ਕੁਛ ਵੀ ਨਹੀਂ ਹੈ, ਵੈਸੇ ਹੀ ਖਾਲੀ ਹੈ, ਠੀਕ ਹੈ। ਦੂਸਰੀ ਬਾਤ, ਜੋ ਸੀ ਲੜਕੇ ਅਗਰ ਛੁੱਟੀ ਪਰ ਹੈ ਦੋਸਤ ਉਨਕੀ ਜਾਂ ਕੋਈ ਵੀ ਇੱਧਰ ਸੇ ਇਸ ਕਲਾਸ ਕੀ ਲੜਕੀਆਂ, ਉਨਸੇ ਵੈਸੇ ਪੁੱਛਾ ਜਾਏ ਕਹਾਂ ਹੈ ਆਪ, ਮਸਲ ਸ਼ਾਇਦ ਵੋ ਉਸਕੇ ਸਾਥ ਹੋ ਜਾਂ ਕਹੀਂ ਹੋ, ਇਹ ਤਫਤੀਸ਼ ਕਰੀਏ, ਵੈਸੇ ਨਹੀਂ, ਵੈਸੇ ਇੱਕ ਬਤਾ ਰਹੇ ਹਾਂ, ਵੈਸੇ ਕਰਨਾ ਚਾਹੀਏ ਸਕੂਲ ਸੇ ਜੋ ਗਿਆ ਵੀ ਇੱਧਰ ਆਏ, ਮਗਰ ਉਹ ਬਹੁਤ ਛੋੜ ਕਰ ਗਿਆ ਨਾ ਇੱਧਰ, ਬੱਚੀ ਜੈਸੇ ਬੱਚੀ ਬਤਾ ਰਹੀ ਹੈ ਕਿ ਮੇਰੇ ਆਗੇ ਆਗੇ ਵੋ ਹੈ, ਮੈਨੇ ਜੋ ਵੋ ਆਗੇ, ਮੈਨੂੰ ਸ਼ਾਇਦ ਕੰਟੀਨ ਵਾਲੇ ਨੇ ਹਾਂਜੀ ਆਫ ਟਾਈਮ ਦੇਖਿਆ।